नानका सच में
का खालसा वाहिगुरु जी की फतेह। बहुत धन्यवादी हाँ श्री सरदार चरणजीत सिंह जी जो सबका MLC हैं और स्टेज पर आए हैं, कुछ विचार जो हम उन्होंने संगतन साझे किए हैं। मैं इको नाम जो है होर ले रहा हाँ संगत में साढ़े को पहुंचे हैं सरकार जो चौधरी अब्दुल गनी जी DDC मैंबर और साढ़े समागम स्टेज के उशोभत हैं। उस ही साढ़े को मोहम्मद जमीन चेयरमैन BDC असी उन्होंने भी उन्होंने भी जी आया करते हाँ। मैं प्रधान साहब को बेनती करांगा इन्होंने जो है वह सम्मानित किया जाए। चौधरी अब्दुल गनी जी जो हम स्टेज आ जाए उन्होंने मोहम्मद जमीन चेयरमैन BDC भी आ जाए। एक उपदेश दिता सी
ਕਿਰਤ ਕਰਨੀ ਨਾਮ ਜਪਣਾ ਤੇ ਵਾਹਿਗੁਰੂ ਛਕਣਾ ਤੇ ਅੱਜ ਤੱਕ ਇਸ ਕੌਮ ਨੇ ਉਹਨੂੰ ਸਿਰੇ ਚੜਾਇਆ ਭਾਵੇਂ ਇੱਥੇ ਭੀੜ ਭਰੀ ਆ ਇੱਥੇ ਫਲੱਡ ਆਇਆ ਸੀ ਔਰ ਸਿੱਖਾਂ ਨੇ ਤਕੜੇ ਹੋ ਕੇ ਆਪਣਿਆਂ ਦੀ ਵੀ ਸਾਰ ਲਈ ਤੇ ਜਿਹੜੇ ਗੁਆਂਢੀ ਸੀ ਉਹਨਾਂ ਦੀ ਵੀ ਸਾਰ ਲਈ ਜੇ ਕੋਵਿਡ ਆਇਆ ਕੋਰੋਨਾ ਆਇਆ ਤੇ ਦੁਨੀਆਂ ਦੇ ਕੋਨੇ ਕੋਨੇ ਚ ਜਿੱਥੇ ਵੀ ਸਿੱਖ ਬੈਠਾ ਸੀ ਦੁਨੀਆਂ ਦੇ ਉਹ ਜਿਹੜੇ ਮਹਾਂਬਲੀ ਸਨ ਆਪਣੇ ਆਪ ਨੂੰ ਸਮਝਦੇ ਦੁਨੀਆਂ ਦੇ ਪਹਿਲੀ ਲਾਈਨ ਦੇ ਮੈਂ ਮੇਰੀ ਮਰਾਦ ਪ੍ਰਭ ਤੋਂ ਆ ਉਹਨੇ ਵੀ ਆਪਣੇ ਸਟੇਜ ਤੇ ਕਿਹਾ ਸੀ ਕਿ ਇਸ ਕੌਮ ਦੇ ਹਰ ਸ਼ਹਿਰ ਚ ਇੱਕ ਗੁਰੂ ਦਾ ਸਿੱਖ ਹੋਵੇ ਤੇ ਉਹਨਾਂ ਦਾ ਗੁਰਦੁਆਰਾ ਹੋਵੇ ਤੇ ਫਿਰ ਕਿਸੇ ਨੂੰ ਕੋਈ ਕਮੀ ਨਹੀਂ ਆਉਂਦੀ ਔਰ ਤੁਸੀਂ ਉੱਥੇ ਵੀ ਲੜਕੇ ਵਿਖਾਇਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਤੁਸੀਂ ਯਾਦ ਰੱਖਿਆ ਉਹਨਾਂ ਨੇ ਉਸ ਸਮੇਂ ਚ ਵੱਡੀ ਸ਼ਹਾਦਤ ਦਿੱਤੀ ਤੁਹਾਡੇ ਸ੍ਰੀਨਗਰ ਤੋਂ ਜਿਹੜੇ ਬ੍ਰਾਹਮਣ ਸਨ ਪੰਡਿਤ ਸਨ ਉਹ ਗੁਰੂ ਮਹਾਰਾਜ ਅੱਗੇ ਗਏ ਕਿ ਸਾਨੂੰ ਦੇਸ਼ ਦਾ ਬਾਦਸ਼ਾਹ ਆਪਣੇ ਧਰਮ ਤੋਂ ਆਉਂਦਾ ਬਦਲ ਲਓ ਤੇ ਤੁਸੀਂ ਦੂਜੇ ਧਰਮ ਚ ਆ ਜਾਓ ਤੇ ਤੁਹਾਨੂੰ ਬਖਸ਼ ਦਾਂਗੇ ਨਹੀਂ ਤੇ ਤੁਹਾਨੂੰ ਜਾਣ ਦੇਣੀ ਪਊ ਤੇ ਉਹਨੂੰ ਗੁਰੂ ਪਾਤਸ਼ਾਹ ਅੱਗੇ ਆ ਕੇ ਅਰਦਾਸ ਕੀਤੀ ਬੇਨਤੀ ਕੀਤੀ ਗੁਰੂ ਮਹਾਰਾਜ ਸਾਡੇ ਤੇ ਬਖਸ਼ ਕਰੋ ਸਾਨੂੰ ਕਿਵੇਂ ਤੇ ਤੁਸੀਂ ਬਚਾ ਸਕਦੇ ਜੀ ਤੇ 9 ਸਾਲ ਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਨੂੰ ਆਪ ਕਹਿ ਕੇ ਤੋਰਿਆ ਵੀ ਤੁਹਾਡੇ ਤੋਂ ਮਹਾਨ ਕੌਣ ਆ ਜਿਹੜਾ ਜਾ ਕੇ ਇਸ ਚੀਜ਼ ਨੂੰ ਬਚਾ ਸਕਦਾ ਤੁਸੀਂ ਜਾਓ ਤੇ ਇਹਨਾਂ ਦੀ ਰੱਖਿਆ ਤੁਸੀਂ ਕਰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਲੀ ਚ ਚਾਂਦਨੀ ਚੌਂਕ ਚ ਸੀਸ ਦਿੱਤਾ ਸੀਸ ਕਟਾ ਕੇ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਬਣੇ ਸੋ ਵੀਰੋ ਜੇ ਤੁਸੀਂ ਆਪਣੇ ਇਤਿਹਾਸ ਨੂੰ ਸਦਾ ਯਾਦ ਰੱਖੋਗੇ ਤੇ ਸਦਾ ਹੀ ਚੰਗੀਆਂ ਗੱਲਾਂ ਕਰੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋਚ ਸੰਸਥਾ ਹੈ ਜਿਸ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਔਰ ਪੜ੍ਹੇ ਲਿਖੇ ਨੇ 1984 ਦੇ ਮੋਰਚੇ ਚ ਉਸ ਸੰਘਰਸ਼ ਚ ਇਹਨਾਂ ਨੇ ਜਦੋਂ ਵੀ ਨੌਜਵਾਨਾਂ ਤੇ ਕੋਈ ਪ੍ਰੋਬਲਮ ਬਣਦੀ ਸੀ ਉਹਨਾਂ ਵਾਸਤੇ ਮੁਫ਼ਤ ਲੜਾਈ ਪੇਸ਼ੇ ਤੋਂ ਵਕੀਲ ਨੇ ਤੇ ਮੁਫ਼ਤ ਲੜਾਈ ਆਪਣੇ ਪੰਜਾਬ ਦੇ ਵੱਖਰੇ ਵੱਖਰੇ ਕੋਨਿਆਂ ਦੇ ਜਾ ਕੇ ਲੜੀ ਔਰ ਉਸੇ ਤਰ੍ਹਾਂ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੜਾਈ ਤੁਸੀਂ ਵੇਖ ਰਹੇ ਜੇ ਅਫਗਾਨਿਸਤਾਨ ਤੇ ਉਹ ਹੁਣ ਧਮਾਕਾ ਹੋ ਗਿਆ ਕੋਈ ਗੱਲ ਹੋਈ ਤੇ ਰਾਤ ਹੀ ਦਿੱਲੀ ਪਹੁੰਚ ਕੇ ਉਹਨਾਂ ਦੇ ਪਰਿਵਾਰ ਨੂੰ ਦੁੱਖ ਸਾਂਝਾ ਕੀਤਾ ਜਿੱਥੇ ਕੋਈ ਮੁਸ਼ਕਲ ਬਣਦੀ ਉੱਥੇ ਪਹੁੰਚਦੇ ਆ ਵੀਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋਚ ਸੰਸਥਾ ਹੈ ਇਹਨੂੰ ਸ਼ਹਾਦਤਾਂ ਦੇ ਕੇ ਲਿਆ ਲਕਸ਼ਮ ਸਿੰਘ ਜੀ ਧਾਰੋਵਾਲੀ ਤੇ ਉਹਨਾਂ ਦੇ ਨਾਲ ਸਾਡੀਆਂ ਮਾਤਾਵਾਂ ਭੈਣਾਂ ਵੀਰ ਜਿਨ੍ਹਾਂ ਨੂੰ ਜੰਡਾ ਨਾਲ ਬੰਨ ਕੇ ਸਾੜਿਆ ਗਿਆ ਸੀ ਉਸ ਵੇਲੇ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਵਾਸਤੇ ਉਹਨਾਂ ਕੁਰਬਾਨੀਆਂ ਦਿੱਤੀਆਂ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ ਸੀ ਆ ਪਿੱਛੇ ਮਨਾ ਕੇ ਹਟੇ ਉਹਨਾਂ ਦਾ 100 ਸਾਲਾ ਸ਼ਤਾਬਦੀ ਔਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਉਦੋਂ ਤੋਂ ਲੱਗ ਗਿਆ ਅੱਜ ਤੱਕ ਆਪਣੇ ਗੁਰੂ ਘਰਾਂ ਦੀ ਸਾਂਭ ਸੰਭਾਲ ਔਰ ਉਹਦੇ ਨਾਲ ਗੁਰੂ ਦਾ ਪ੍ਰਚਾਰ ਉਹਦੇ ਨਾਲ ਜਿੱਥੇ ਕਿਤੇ ਸਿੱਖਾਂ ਨੂੰ ਕੋਈ ਮੁਸ਼ਕਲ ਆਉਂਦੀ ਆ ਭਾਵੇਂ ਅੰਡੇਮਾਨ ਨਿਕੋਬਾਰ ਹੋਵੇ ਭਾਵੇਂ ਉਹ ਸ੍ਰੀਨਗਰ ਹੋਵੇ ਭਾਵੇਂ ਦੇਸ਼ ਦੇ ਹੋਰ ਪਾਸੇ ਵੱਲ ਹੋਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸਿੱਖਾਂ ਦੇ ਜਾ ਕੇ ਲੜਾਈ ਲੜਦੀ ਆ ਉੱਥੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਜੋ ਸਮਾਨ ਚਾਹੀਦਾ ਮੈਨੂੰ ਪਤਾ ਅੰਡੇਮਾਨ ਨਿਕੋਬਾਰ ਮੈਂ ਵੀ ਗਿਆ ਸਾਂ 2018 ਚ ਔਰ ਉੱਥੇ ਗੁਰਸਿੱਖ ਦੱਸਦੇ ਸੀ ਕਿ ਇੱਥੇ ਸੁਨਾਮੀ ਆਈ ਸੀ 1000 ਸਿੱਖ ਸਾਡਾ ਉੱਥੇ ਅੰਡੇਮਾਨ ਨਿਕੋਬਾਰ ਵੀ ਰਹਿ ਰਿਹਾ ਗੁਰੂ ਦੀ ਸੇਵਾ ਕਰ ਰਿਹਾ ਗੁਰਦੁਆਰੇ ਬਹੁਤ ਵਧੀਆ ਬਣਾਏ ਆ ਉਹ ਕਹਿ ਰਹੇ ਸੀ ਵੀ ਇੱਥੇ ਜਦੋਂ ਸੁਨਾਮੀ ਆਈ ਸੀ ਸਾਡੇ ਘਰ ਡਿੱਗ ਪਏ ਸੀ ਔਰ ਸਮੁੰਦਰ ਦੇ ਵਿੱਚ ਆ ਔਰ ਸਾਡੀ ਕੋਈ ਬਾਤ ਨਹੀਂ ਸੀ ਪੁੱਛਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
बापा दोथे भी गया, एक एक लाख रुपया उन्होंने घर बनाने वास्ते दिता, उदो दवाइया दतिया, कपड़े दते, और उन्होंने कहा जे तुहानू फिर भी कोई मुश्किल आवे असी तुहाडे लई हाजिर हां, और इस संस्था नू चढ़ती कला च रखना। अकाल तख्त साडा महान तख्त आ, ते उतों हवा हर आवाज जिहड़ी आ उह सिखां दी सरमौर आ, सिखां लई हर सिख नू मंनदा भावें उह दुनिया दे किसे कोने च बैठा। और मैनू इस गल की खुशी, मैं लंबी गल ना करा, मेहता साहब बोलना, धामे साहब बोलना, मैं ये गल ना करा, मैनू बड़ी वड्डी खुशी आ कि इस पटा च जिन्नियां साडियां मतावां भैणां बैठियां ने, जिन्ने साडे गुरसिख बैठे ने और वह पतत नहीं आ, उन्होंने वड्डियां बख्शिशां ने। मैं मेहता साहब नूं कह रहा सा कि कई बार साडे पटालां च देखिए ते बाल कटाए मुंडे बहुत जापदे ने, पर इस पंडाल च एक भी सिंह जिहड़ा उह किते पतक नहीं आ, सारे गुर सिख्या। सो वीरो अज दा दिहाड़ा तुहानूं बख्शिशां देवे, परमात्मा बख्शिश करे, और मैं ਤੁਹਾਡਾ ਧੰਨਵਾਦ ਕਰਦਾ ਸਟੇਜ ਸੈਕਟਰੀ ਸਾਹਿਬ ਦਾ, ਖਾਲਸਾ ਜੀ ਦਾ, ਕਿ ਤੁਸੀਂ ਮੈਨੂੰ ਟਾਈਮ ਦਿੱਤਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।